ਇਹ ਕਹੋ ਜਿਵੇਂ ਤੁਸੀਂ ਇਸ ਦਾ ਅਰਥ ਰੱਖਦੇ ਹੋ। ਦਿਨ ਤੀਮਾ ਵਿਸ਼ਵਾਸ ਪਹਿਲਾਂ ਮੈਂ ਘੋਸ਼ਣਾ ਕਰਦੀ ਹਾਂ ਕਿ ਰੱਬ ਮੇਰੇ ਅੱਗੇ ਟੇਢੇ ਸਥਾਨਾਂ ਨੂੰ ਸਿੱਧਾ ਬਣਾਉਂਦਾ ਹੈ। ਉਹ ਪਹਿਲਾਂ ਹੀ ਲਾਈਨਅਪ ਕਰ ਚੁੱਕਾ ਹੈ ਮੇਰੇ ਲਈ ਸਹੀ ਲੋਕ, ਸਹੀ ਮੌਕੇ ਅਤੇ ਹੱਲ। ਕੋਈ ਵਿਅਕਤੀ ਨਹੀਂ, ਕੋਈ ਬਿਮਾਰੀ ਨਹੀਂ, ਕੋਈ ਨਿਰਾਸ਼ਾ ਨਹੀਂ। ਕੋਈ ਉਸਦੀ ਯੋਜਨਾ ਨੂੰ ਨਹੀਂ ਰੋਕ ਸਕਦਾ। ਜੋ ਉਸਨੇ ਆਪਣੇ ਵਚਨ ਵਿੱਚ ਵਾਅਦਾ ਕੀਤਾ ਹੈ ਉਹ ਹਮੇਸ਼ਾ ਪੂਰਾ ਹੁੰਦਾ ਹੈ। ਉਸਦਾ ਸ਼ਬਦ ਮੇਰੇ ਜੀਵਨ ਵਿੱਚ ਸਭ ਤੋਂ ਉੱਚਾ ਅਧਿਕਾਰ ਹੈ। ਇਹ ਮੇਰਾ ਐਲਾਨ ਹੈ। ਦਿਮਾਗੀ ਸਿਹਤ ਸੰਬੰਧੀ ਵਿਚਾਰ। ਮੈਂ ਸੰਪੂਰਨਤਾ, ਸਫਲਤਾ ਅਤੇ ਖੁਸ਼ਹਾਲੀ ਵਿੱਚ ਇਕਸਾਰ ਹਾਂ ਕਿਉਂਕਿ ਮਸੀਹ ਮੇਰੇ ਵਿੱਚ ਹੈ। ਉਹ ਹੈ ਮੇਰੇ ਸਰੀਰ ਦੇ ਹਰ ਰੇਸ਼ੇ ਵਿੱਚ, ਮੇਰੇ ਸਰੀਰ ਦੀ ਹਰ ਹੱਡੀ ਵਿੱਚ ਅਤੇ ਮੇਰੇ ਖੂਨ ਦੇ ਹਰ ਸੈੱਲ ਵਿੱਚ। ਮੇਰੀ ਆਤਮਾ ਅਤੇ ਸਰੀਰ ਪਰਮਾਤਮਾ ਦੀ ਸ਼ਕਤੀ ਦੁਆਰਾ ਊਰਜਾਵਾਨ ਹੈ। ਹਾਲੇਲੂਯਾ। ਮੈਂ ਯੇਸ਼ੂ ਦੇ ਨਾਮ 'ਤੇ ਜੋ ਮੈਂ ਕਹਾਂਗੀ ਰੱਖਾਂਗੀ। ਮੈਂ ਮਜ਼ਬੂਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਧਨ ਹਾਂ, ਮੈਂ ਅਮੀਰ ਹਾਂ, ਮੈਂ ਸ਼ਕਤੀਸ਼ਾਲੀ ਹਾਂ, ਮੈਂ ਮਸਾ ਕੀਤਾ ਹੋਇਆ ਹੈ, ਮੈਂ ਆਜ਼ਾਦ ਹਾਂ, ਮੈਂ ਰੱਬ ਦੀ ਪਿਆਰੀ ਹਾਂ, ਮੈਨੂੰ ਰੱਬ ਅਤੇ ਮੈਨੂੰ ਦੁਆਰਾ ਪਸੰਦ ਕੀਤਾ ਗਿਆ ਹੈ। ਮੈਂ ਉਹ ਬੋਲਦੀ ਹਾਂ ਜੋ ਮੈਂ ਵੇਖਣਾ ਚਾਹੁੰਦੀ ਹਾਂ, ਉਹ ਨਹੀਂ ਜੋ ਮੈਂ ਵੇਖਦੀ ਹਾਂ। ਮੈਂ ਕੀਮਤੀ ਬੀਜ ਹਾਂ, ਮੈਂ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ 'ਤੇ ਲਗਾਈ ਗਈ ਹਾਂ। ਮੈਂ ਆਪਣੇ ਪ੍ਰਭੂ ਦੇ ਦਰਬਾਰਾਂ ਵਿੱਚ ਹਥੇਲੀ ਦੇ ਰੁੱਖ ਨੂੰ ਪਸੰਦ ਕਰਦੀ ਹਾਂ। ਮੈਂ ਇਸ ਦੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਹਾਂ। ਮੈਂ ਰਸ ਨਾਲ ਭਰੀ ਹੋਈ ਹਾਂ ਅਤੇ ਪ੍ਰਭੂ ਵਿੱਚ ਹਰੀ ਹਾਂ, ਅਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਅਤੇ ਫਲੋਰਿਸ਼ਿੰਗ ਹੋਵਾਂਗੀ। ਜੋ ਵੀ ਮੈਂ ਯੇਸ਼ੂ ਦੇ ਨਾਮ ਵਿੱਚ ਪੇਸ਼ ਕਰਦੀ ਹਾਂ, ਚੀਜ਼ਾਂ ਹਮੇਸ਼ਾ ਯੇਸ਼ੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਹਨ। ਮੈਂ ਮਸੀਹ ਯੇਸ਼ੂ ਵਿੱਚ ਹਰੇਕ ਆਤਮਿਕ ਆਸ਼ੀਰਵਾਦ ਪ੍ਰਾਪਤ ਕਰਨ ਵਾਲੀ ਹਾਂ। ਮੈਂ ਇੱਕ ਆਤਮਾ ਹਾਂ, ਮੇਰੀ ਆਤਮਾ ਇੱਕ ਰੂਹ ਹੈ। ਮੇਰੀ ਆਤਮਾ ਅਤੇ ਮੇਰੀ ਰੂਹ ਸਰੀਰਕ ਸਰੀਰ ਵਿੱਚ ਜਿਉਂਦੀ ਹੈ। ਮੇਰੀ ਆਤਮਾ ਮੇਰੀ ਰੂਹ ਨੂੰ ਹੁਕਮ ਦਿੰਦੀ ਹੈ, ਮੇਰੀ ਰੂਹ ਸੁਣਦੀ ਹੈ, ਪ੍ਰਾਪਤ ਕਰਦੀ ਹੈ ਅਤੇ ਮੇਰੇ ਸਰੀਰ ਅਤੇ ਮੇਰੇ ਸਰੀਰ ਦੇ ਆਦੇਸ਼ਾਂ ਨੂੰ ਨਿਰਦੇਸ਼ ਦਿੰਦੀ ਹੈ। ਯੇਸ਼ੂ ਦੇ ਨਾਮ 'ਤੇ ਮੈਂ ਮੇਰੇ ਸਰੀਰ ਨਾਲ ਗੱਲ ਕਰਦੀ ਹਾਂ। ਰੱਬ ਦਾ ਵਿਨਾਸ਼ੀ ਜੀਵਨ ਮੇਰੇ ਜੀਵਨ ਵਿੱਚ ਹਮੇਸ਼ਾ ਸਪਸ਼ਟ ਅਤੇ ਪ੍ਰਗਟ ਹੁੰਦਾ ਹੈ। ਮੈਂ ਆਪਣੇ ਸਰੀਰ ਦੇ ਅਰਵੇਰਵੇ ਲਈ ਜੀਵਨ ਦੀ ਗੱਲ ਕਰਦੀ ਹਾਂ। ਮੈਂ ਆਪਣੇ ਦਿਮਾਗ ਨਾਲ ਗੱਲ ਕਰਦੀ ਹਾਂ। ਦਿ ਕ੍ਰਾਈਸਟ ਦੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਣੋ ਅਤੇ ਮੈਂ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੁਆਰਾ ਇੱਕ ਸਾਰ ਉਹਨਾਂ ਦਾ ਆਦੇਸ਼ ਦਿੰਦੀ ਹਾਂ। ਮੈਂ ਆਪਣੇ ਨਸਾਂ ਨਾਲ ਜੀਵਨ ਬੋਲਦੀ ਹਾਂ। ਮੈਂ ਆਪਣੀਆਂ ਮਾਸਪੇਸ਼ੀਆਂ ਅਤੇ ਲਿਗਾਮੈਂਟਸ ਨਾਲ ਤਾਕਤ ਬੋਲਦੀ ਹਾਂ। ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦੀ ਹਾਂ। ਮੈਂ ਆਪਣੇ ਫੇਫੜਿਆਂ ਅਤੇ ਟਿਸ਼ੂਆਂ ਨਾਲ ਆਮ ਹਵਾਦਾਰੀ ਅਤੇ ਪਰਫਿਊਜ਼ਨ ਅਨੁਪਾਤ ਬਣਾਈ ਰੱਖਣ ਲਈ ਗੱਲ ਕਰਦੀ ਹਾਂ। ਮੈਂ ਆਪਣੇ ਗੁਰਦਿਆਂ, ਜਿਗਰ ਅਤੇ ਪਾਚਕ ਰੋਗਾਂ ਲਈ ਸੰਪੂਰਨਤਾ ਬੋਲਦੀ ਹਾਂ। ਮੇਰੇ ਖੂਨ ਦੇ ਹਰ ਸੈੱਲ ਵਿੱਚ ਜੀਵਨ ਹੈ। ਮੇਰੀਆਂ ਹੱਡੀਆਂ, ਜੋੜਾਂ ਅਤੇ ਉਪਾਸਥਿਤੀ ਇਕਸਾਰ ਅਤੇ ਮਜ਼ਬੂਤ ਹਨ। ਮੇਰੇ ਪੂਰੇ ਉਪਰਲੇ ਅਤੇ ਹੇਠਲੇ ਅੰਗ ਵਧੀਆ ਢੰਗ ਨਾਲ ਕੰਮ ਕਰਦੇ ਹਨ। ਮੇਰੀਆਂ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਵਧੀਆ ਢੰਗ ਨਾਲ ਕੰਮ ਕਰਦੇ ਹਨ। ਮੇਰੀ ਚਮੜੀ ਇੱਕ ਨਵਜੰਮੇ ਬੱਚੇ ਅਤੇ ਰੱਬ ਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ। ਮੇਰੇ ਵਾਲਾਂ ਦੇ ਰੋਮ ਕੱਸ ਗਏ ਹਨ। ਮੇਰੇ ਦੰਦ, ਮਸੂੜੇ, ਚਬਾੜੇ ਦੀਆਂ ਹੱਡੀਆਂ ਅਤੇ ਨਸਾਂ ਅਤੇ ਖੂਨ ਦੀ ਸਪਲਾਈ ਸਾਰੇ ਸਿਹਤਮੰਦ, ਮਜ਼ਬੂਤ ਅਤੇ ਸੰਪੂਰਨ ਹਨ। ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟਰਾਂਸਮੀਟਰ ਇੱਕ ਦੂਜੇ ਨਾਲ ਸੰਪੂਰਨ ਤਾਲਮੇਲ ਵਿੱਚ ਹਨ ਅਤੇ ਆਪਣੇ ਕੰਮਾਂ ਨੂੰ ਆਮ ਤੌਰ 'ਤੇ ਚਲਾਉਂਦੇ ਹਨ। ਮੇਰੀ ਪਾਚਨ ਪ੍ਰਣਾਲੀ ਸਾਰੇ ਖਾਦ ਪਦਾਰਥਾਂ ਨੂੰ ਹਜ਼ਮ ਕਰਨ, ਸੋਖਣ ਅਤੇ ਗ੍ਰਹਿਣ ਕਰਨ ਦੇ ਯੋਗ ਹੈ ਅਤੇ ਪਾਚਕ ਰਣ ਕੁੰਦ ਉਤਪਾਦ ਨਿਯਮਿਤ ਤੌਰ 'ਤੇ ਬਾਹਰ ਕੱਢੇ ਜਾਂਦੇ ਹਨ। ਮੈਂ ਆਪਣੇ ਸਰੀਰ ਦੇ ਹਰੇਕ ਸੈੱਲ ਵਿੱਚ ਬਿਜਲੀ ਅਤੇ ਰਸਾਇਣਿਕ ਬਾਰੰਬਾਰਤਾ ਨੂੰ ਇੱਕ ਸੂਰਤਾ ਅਤੇ ਸੰਤੁਲਨ ਵਿੱਚ ਰਹਿਣ ਅਤੇ ਖਰਾਬ ਸੈੱਲਾਂ ਨੂੰ ਹਜ਼ਮ ਕਰਨ ਦਾ ਹੁਕਮ ਦਿੰਦੀ ਹਾਂ। ਮੈਂ ਖਾਣ ਪਾਣ, ਟੈਕਨੋਲੋਜੀ, ਮੀਡੀਆ, ਟਿਲਮਿਟ, ਚੁਗਲੀ, ਆਲਸ, ਬਹੁਤ ਜ਼ਿਆਦਾ ਨੀਂਦ, ਸੁਸਤਤਾ ਅਤੇ ਜ਼ਬਰਦਸਤੀ ਖਰੀਦਾਰੀ ਵਿੱਚ ਹਰ ਕਿਸਮ ਦੇ ਨਸ਼ਾ, ਸ਼ਰਾਬ, ਨਿਕੋਟੀਨ, ਨਸ਼ੇ ਵਿੱਚ ਬਹੁਤ ਜ਼ਿਆਦਾ ਭੋਗ ਨੂੰ ਕੈਦ ਕਰਦੀ ਹਾਂ ਅਤੇ ਮਸੀਹ ਦੀ ਆਗਿਆਕਾਰੀ ਵਿੱਚ ਇਸ ਨੂੰ ਲੈਂਦੀ ਹਾਂ। ਮੈਂ ਯੇਸ਼ੂ ਦੇ ਵਾਂਗ ਹੀ ਹਾਂ। ਹਰ ਚੀਜ਼ ਜੋ ਰੱਬ ਨੇ ਬਣਾਈ ਹੈ ਮੇਰੇ ਲਈ ਜੀਵਨ ਅਤੇ ਇਲਾਜ ਹੈ। ਇਸ ਲਈ ਭੋਜਨ ਤੋਂ, ਜਾਨਵਰਾਂ ਆਦਿ ਤੋਂ ਐਲਰਜੀ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ। ਪਰਮਾਤਮਾ ਨੇ ਮੈਨੂੰ ਸਾਰੀ ਧਰਤੀ ਉੱਤੇ ਰਾਜ ਦਿੱਤਾ ਹੈ। ਮੇਰੀ ਪ੍ਰਜਨਨ ਪ੍ਰਣਾਲੀ ਲੋੜੀਂਦੀ ਮਾਤਰਾ ਅਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਣੂਆਂ ਦਾ ਉਤਪਾਦਨ ਅਤੇ ਜਮ੍ਹਾਂ ਕਰ ਰਹੀ ਹੈ। ਮੇਰੀ ਮਾਦਾ ਪ੍ਰਜਨਨ ਪ੍ਰਣਾਲੀ ਸਮੇਂ ਸਿਰ ਅੰਡੇ ਦੇ ਸੈੱਲ ਪੈਦਾ ਕਰ ਰਹੀ ਹੈ, ਜਨਮ ਤੱਕ ਭਰੂਣ ਦੀ ਰੱਖਿਆ ਅਤੇ ਪੋਸ਼ਣ ਕਰ ਰਹੀ ਹੈ। ਹਰ ਅੰਗ ਮੇਰੇ ਸਰੀਰ ਦਾ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ ਜਿਸ ਦੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਾੜ ਨੂੰ ਵਰਜਿਤ ਕਰਦੀ ਹਾਂ।
मेरा सारा मनुखी शरीर अते विज्ञान मसीह यीशु विच संपूर्ण है। हालेलुया, आमीन। पिता पिता मैनू प्यार करता है, मैं जानती हाँ। रब दा पुत्र मैनू प्यार करता है, मैं जानती हाँ। परमात्मा मैनू प्यार करता है, मैं जानती हाँ। शलोम।